ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਮੰਡੇ ਸ਼ਾਮ ਦੀ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ। ਹੈਪੀ ਟੂ ਹੈਵ ਯੂ ਹੀਅਰ। ਇਸ ਪ੍ਰੋਗਰਾਮ ਇਸ ਮੰਚ ਦੇ ਵਿੱਚ ਆਪਾਂ ਲਗਾਤਾਰ ਤੁਹਾਨੂੰ ਵੱਖ ਵੱਖ ਪੰਜਾਬ ਅਤੇ ਕਿਸਾਨ ਮੋਰਚੇ ਨੂੰ ਲੈ ਕੇ ਅਪਡੇਟਸ ਪ੍ਰੋਵਾਈਡ ਕਰ ਰਹੇ ਹਾਂ। ਬਟ ਅੱਜ ਮੈਂ ਤੁਹਾਡੇ ਨਾਲ ਇੱਕ ਇੰਟਰਨੈਸ਼ਨਲ ਅਤੇ ਇੱਕ ਜੀਓਪੋਲੀਟੀਕਲ ਟੌਪਿਕ ਡਿਸਕਸ ਕਰਨਾ ਚਾਹੁੰਦੀ ਹਾਂ। ਇਹ ਬਹੁਤ ਵੱਡੇ ਲੈਵਲ 'ਤੇ ਮੈਂ ਕਹਾਂਗੀ ਜਿੱਥੇ ਇੰਡੀਆ ਦੀ ਗੱਲ ਆਉਂਦੀ ਹੈ, ਯੂਨਾਈਟਿਡ ਸਟੇਟਸ ਦੀ ਗੱਲ ਆਉਂਦੀ ਹੈ, ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ। ਇਸ ਸਟੋਰੀ ਨੂੰ ਆਪਾਂ ਲਗਾਤਾਰ ਵੀ ਫੋਲੋ ਕਰ ਰਹੇ ਸੀ, ਬਟ ਫਰਾਈਡੇ ਨੂੰ ਇਹਦੇ ਵਿੱਚ ਇੱਕ ਸਿਗਨੀਫਿਕੈਂਟ ਡਿਵੈਲਪਮੈਂਟ ਹੋਈ ਹੈ ਜਿਹਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ। ਆਈ ਐਮ ਟਾਕਿੰਗ ਅਬਾਊਟ ਦ ਕੁਆਡ। ਇਹ ਟਰਮ ਜ਼ਰੂਰ ਤੁਸੀਂ ਖਬਰਾਂ ਵਿੱਚ ਸੁਣੀ ਹੋਣੀ ਹੈ, ਬਟ ਅੱਜ ਆਪਾਂ ਥੋੜ੍ਹੀ ਜਿਹੀ ਇਹਦੀ ਅਹਿਮੀਅਤ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਦ ਕੁਆਡ ਇੱਕ ਗਰੁੱਪ ਬਣਿਆ ਕੰਟਰੀਜ਼ ਦਾ, ਜਿਹਦੇ ਵਿੱਚ ਯੂਨਾਈਟਿਡ ਸਟੇਟਸ, ਇੰਡੀਆ, ਜਪੈਨ ਅਤੇ ਆਸਟ੍ਰੇਲੀਆ ਨੇ ਇਕੱਠੇ ਹੋ ਕੇ ਇੱਕ ਕਿਸਮ ਦਾ ਤੁਸੀਂ ਕਹਿ ਸਕਦੇ ਹੋ ਕਾਊਂਟਰ ਬੈਲੈਂਸ ਦਾ ਗਰੁੱਪ ਬਣਾਇਆ ਚਾਈਨਾ ਦੀ ਥ੍ਰੈਟ ਨੂੰ ਕਾਊਂਟਰੈਕਟ ਕਰਨ ਲਈ। ਸੋ ਇਹਦੀ ਕੁਛ ਮੀਟਿੰਗਸ ਪਿਛਲੇ ਸਾਲ ਵੀ ਹੋਈਆਂ ਸਨ ਪ੍ਰੈਜ਼ੀਡੈਂਟ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਹੇਠ। ਇਹ ਜੋ ਗਰੁੱਪਿੰਗ ਹੈਗੀ, ਇਹਦੀ ਡਿਸਕਸ਼ਨਸ, ਇਹਦੀ ਔਰਗਨਾਈਜੇਸ਼ਨ ਕਾਫੀ ਸਾਲਾਂ ਤੋਂ ਚੱਲ ਰਹੀ ਹੈ। ਦਿਸ ਇਜ਼ ਨਾਟ ਸਮਥਿੰਗ ਦੈਟਸ ਬ੍ਰੈਂਡ ਨਿਊ, ਬਟ ਫਰਾਈਡੇ ਨੂੰ ਆਪਾਂ ਕਹਿ ਸਕਦੇ ਹਾਂ ਸਭ ਤੋਂ ਇੰਪੋਰਟੈਂਟ, ਸਭ ਤੋਂ ਵੱਡੇ ਲੈਵਲ ਦੀ ਡਿਵੈਲਪਮੈਂਟ ਹੋਈ ਹੈ, ਜਿੱਥੇ ਪ੍ਰੈਜ਼ੀਡੈਂਟ ਜੋ ਬਾਇਡਨ, ਪ੍ਰਾਈਮ ਮਿਨਿਸਟਰ ਮੋਦੀ, ਪ੍ਰਾਈਮ ਮਿਨਿਸਟਰ ਸਕਾਟ ਮੋਰਿਸਨ ਆਫ ਆਸਟ੍ਰੇਲੀਆ ਐਂਡ ਪ੍ਰਾਈਮ ਮਿਨਿਸਟਰ ਸੁਗੇ ਆਫ ਜਪੈਨ ਸਾਰਿਆਂ ਨੇ ਇੱਕ ਵਰਚੁਅਲ ਸਮਿਟ ਅਟੈਂਡ ਕੀਤੀ। ਤੁਸੀਂ ਕਹਿ ਸਕਦੇ ਹੋ ਅਫੀਸ਼ੀਅਲ ਤੌਰ 'ਤੇ ਇਸ ਕੁਆਡ ਗਰੁੱਪਿੰਗ ਨੂੰ ਅੱਗੇ ਵਧਾਉਣ ਲਈ। ਸੋ ਕਿਸ ਤਰ੍ਹਾਂ ਦੀ ਤੁਸੀਂ ਕਹਿ ਲਓ ਰਿਐਕਸ਼ਨਸ ਜੀਓਪੋਲੀਟੀਕਲੀ ਇਹਦੇ ਹੋਏ, ਭਾਵੇਂ ਉਹ ਚਾਈਨਾ ਤੋਂ ਹੋਣ, ਭਾਵੇਂ ਉਹ ਇੰਟਰਨਲੀ ਇੰਡੀਆ, ਯੂਨਾਈਟਿਡ ਸਟੇਟਸ ਦੇ ਵੱਖ ਵੱਖ ਕੰਟਰੀਜ਼ ਵਿੱਚ ਹੋਣ, ਅਤੇ ਕੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਮੂਵਿੰਗ ਫੋਰਵਰਡ। ਐਂਡ ਆਫਕੋਰਸ ਜ਼ਰੂਰ ਆਪਾਂ ਇਹਦੀ ਵੀ ਗੱਲ ਕਰਾਂਗੇ ਕਿ ਇਸ ਕੁਆਡ ਗਰੁੱਪਿੰਗ ਨੂੰ ਲੈ ਕੇ ਜੋ ਇੰਡੀਆ ਦੇ ਇੰਟਰਨਲ ਮਸਲੇ ਹਨ, ਜੋ ਕਿਸਾਨ ਮੋਰਚੇ ਨੂੰ ਲੈ ਕੇ ਡਿਵੈਲਪਮੈਂਟਸ ਹਨ, ਉਹਨਾਂ ਦੇ ਕੀ ਇੰਪੈਕਟ ਹੋਏਗਾ। ਸੋ ਇਸ ਡਿਸਕਸ਼ਨ ਦੇ ਵਿੱਚ ਸਾਨੂੰ ਇੱਕ ਐਕਸਪਰਟ ਓਪੀਨੀਅਨ ਅਤੇ ਇਨਸਾਈਟ ਦੇਣ ਲਈ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਅੱਜ ਦੇ ਗੈਸਟ ਨੂੰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ। ਤੁਸੀਂ ਪਹਿਲੇ ਵੀ ਇਹਨਾਂ ਦੇ ਨਾਲ ਜੁੜ ਚੁੱਕੇ ਹੋ ਇਸ ਪ੍ਰੋਗਰਾਮ ਦੇ ਵਿੱਚ, ਬਟ ਅੱਜ ਇਹ ਕਨਵਰਸੇਸ਼ਨ ਮੈਂ ਕਹਾਂਗੀ ਇਜ਼ ਵੈਰੀ ਵੈਰੀ ਇੰਪੋਰਟੈਂਟ ਸਾਡੇ ਸਾਰਿਆਂ ਲਈ, ਟੂ ਅੰਡਰਸਟੈਂਡ ਕਿ ਇੰਡੀਆ ਅਤੇ ਯੂਨਾਈਟਿਡ ਸਟੇਟਸ ਦੀ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਅੱਗੇ ਵਧੂਗੀ। ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਆਰ ਇਸਟੀਮਡ ਗੈਸਟਸ ਫੋਰ ਦਿਸ ਈਵਨਿੰਗ। ਸਭ ਤੋਂ ਪਹਿਲੇ ਮੈਂ ਦੋਨੋਂ ਇਨ ਜੈਂਟਲਮੈਨ ਨੂੰ ਵੈਲਕਮ ਕਰਨਾ ਚਾਹੁੰਦੀ ਹਾਂ। ਸਭ ਤੋਂ ਪਹਿਲੇ ਤੁਹਾਨੂੰ ਦੋਨਾਂ ਨੂੰ ਸਵਾਗਤ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। We have with us Lieutenant General PJS Pannu, former 14th Corps Commander in Ladakh, and of course former Deputy Chief of the Integrated Defense Staff. And also we have with us Ambassador Pradeep Kapoor, luminary diplomat, former ambassador to Chile and Cambodia, and currently a visiting scholar in Washington, D.C. So we have the defense side, we have the diplomacy side, and of course, Sade Darshkan Lee, an extremely expert panel to discuss this topic. So once again, Tuanu Donanu Swagat. You know, Ambassador, I'd like to start with you because tusi itthe Washington DC vich hage, you know, tusi pehle bhi sade naal jure si. We've had conversations ki kis tarah President Trump the administration they hate India te USA the relationship, khas karke China nu counterbalance karan layi strengthen hui, but now we have a new administration, right? Tuhade khayal jo tusi mahol DC vich dekhya, jo shift tusi vekh rahe ho from the Trump administration to the Biden administration, ਖਾਸ ਕਰਕੇ ਜਿੱਥੇ ਚਾਈਨਾ ਦੀ ਰੋਲ ਆਉਂਦਾ ਹੈ, ਰਾਈਟ, ਵਟ ਕਾਈਂਡ ਆਫ ਅ ਸ਼ਿਫਟ ਹੈਵ ਯੂ ਸੀਨ ਫਰੋਮ ਟਰੰਪ ਟੂ ਬਾਈਡਨ ਅਬਾਊਟ ਚਾਈਨਾ? ਵੈਲ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਸਾਰੀ ਜਿਹੜੀ ਸਟ੍ਰੈਟੇਜਿਕ ਕਮਿਊਨਿਟੀ ਹੈ ਯੂ ਐਸ ਵਿੱਚ, ਵਾਸ਼ਿੰਗਟਨ ਡੀ ਸੀ ਵਿੱਚ, ਔਰ ਜਿਹੜੀ ਥਿੰਕ ਟੈਂਕਸ ਹੈ, ਜਿਹੜੇ ਅਕੈਡਮਿਸ਼ੀਅਨਸ ਹੈ and policy makers and decision makers and politicians and senators and congressmen, most of them have a consensus that the biggest threat to the US comes from China, and thereafter there are other threat perceptions, but the same policy continues with Biden as has been enunciated by his senior most advisors even recently, and even in their documents which have been put out it has been very clearly stated as much.
ਤਾਂ ਇਸ ਕਰਕੇ ਜਿਹੜਾ ਟਰੰਪ ਦੇ ਟਾਈਮ ਦਾ ਥਿੰਕਿੰਗ ਸੀਗਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਟਾਈਮ ਦਾ ਥਿੰਕਿੰਗ ਹੈ ਦੇਰ ਇਜ਼ ਅ ਲੋਟ ਆਫ ਓਵਰਲੈਪ ਐਂਡ ਬੋਥ ਦੀ ਐਡਮਿਨਿਸਟ੍ਰੇਸ਼ਨਸ ਰਿਅਲਾਈਜ਼ ਫਰੋਮ ਆਲ ਦਾ ਸਟੇਟਮੈਂਟਸ ਦੈਟ ਵੀ ਹੈਵ ਸੀਨ ਦੈਟ ਇਟ ਇਜ਼ ਸਮਥਿੰਗ ਵਿਚ ਨੀਡਸ ਟੂ ਬੀ ਯੂ ਨੋ ਮੈਨੇਜਡ ਕਾਊਂਟਰਡ ਚੈਲੇਂਜਡ ਬਿਕੋਜ਼ ਇਟ ਪੋਜ਼ਸ ਅ ਸਿਗਨੀਫਿਕੈਂਟ ਥ੍ਰੈਟ ਟੂ ਦੀ ਹੈਜਮਨੀ ਆਫ ਯੂ ਐਸ ਗਲੋਬਲੀ ਇਨ so many different ways Jee. strategically security wise partners wise economically trade wise etc thank you ji thank you ambassador kapoor so this is the us khas karke jo washington dc de vich sentiment change hoya hai ya further hoya hai but now lieutenant general panu I'd love to hear from you to see specifically ladakh de jo 14th corps unna de commander rahe ho that is a key area of concern between india and china most recently apa ede the skirmishes dekhi hain toade khayal ch e jo next step hoya jo friday di virtual summit sigi right from an indian perspective a security perspective edi ki significance hai gi you know coming from your background toade khayal ch thank you ashmita main samajhda hai ki hindustan liye ek bahut bada challenge hai ki saadi sarhad china de naal mildi hai कई सालों तो बड़ी कोशिश की जा रही है दोनों देशों दे विच कि कोई समझौता हो जाए ते टेरिटरी दे उते कोई समझौता सेटलमेंट हो जाए बाउंड्री नेगोशिएशन चलदी रहती है लेकिन जो चाइना शर्त रखता है वह हिंदुस्तान लिए मुमकिन नहीं है गई कि वह कोई शर्त को मंजूर करे क्योंकि वह बाउंड्री नैगोसीएशन इन्ना तोड़ मरोड़ के अपने जिन्हें भी इलाके क्लेम करता है वह इंपॉसिबल कर देता है कि तुम बाउंड्री सैटल कर सको क्योंकि बाउंड्री सैटल नहीं हैगी इस करके कोई डिमार्केशन नहीं हुई उस टेरिटरी की ਉਹ ਆਪਣੀ ਆਰਮੀ ਨੂੰ ਕਈ ਦਫੇ ਇਹ ਡਿਸਪਿਊਟਡ ਇਲਾਕੇ ਜੋ ਬਣ ਕੇ ਉਹ ਉਹਦੇ ਅੰਦਰ ਲੈ ਕੇ ਆਉਂਦਾ ਹੈ ਲੇਕਿਨ ਪਿਛਲੇ ਸਾਲ ਕੋਵਿਡ ਦੇ ਨਾਲ ਪੂਰੇ ਵਿਸ਼ਵ ਦੇ ਉੱਤੇ ਉਹਨੇ ਕਿਸਮ ਦਾ ਅਟੈਕ ਕਰਤਾ ਪੂਰੇ ਵਿਸ਼ਵ ਦੇ ਉੱਤੇ ਕੈਜੁਅਲਟੀਜ਼ ਹੋਣੀ ਸ਼ੁਰੂ ਹੋ ਗਈਆਂ ਤੇ ਉਸ ਟਾਈਮ ਤੇ ਸਾਰੇ ਦੇਸ਼ਾਂ ਨੇ ਆਹ ਦੇਖਿਆ ਵੀ ਆਹ ਸਾਰਾ ਜਿਹੜਾ ਕੋਵਿਡ ਦਾ ਵਾਇਰਸ ਹੈਗਾ ਸਾਰਾ ਅਮਰੀਕਾ ਤੋਂ ਲੈ ਕੇ ਇੰਡੀਆ ਤੋਂ ਆਸਟ੍ਰੇਲੀਆ ਜਪਾਨ ਆਹ ਜਿਹੜੇ ਸਾਰੇ ਡੈਮੋਕਰੇਟਿਕ ਕੰਟਰੀਜ਼ ਨੇ ਸਾਡੀ ਪਹਿਲੋਂ ਗੱਲਬਾਤ ਤਾਂ ਚੱਲ ਰਹੀ ਸੀਗੀ ਲੇਕਿਨ ਉਹਦਾ ਇੰਪੈਕਟ ਇੱਦਾਂ ਹੋਇਆ ਚਾਹੇ ਕੋਈ ਟੈਰੀਟਰੀ ਹੈਗੀ ਜਿੱਦਾਂ ਇੰਡੀਆ ਦੇ ਨਾਲ ਹੈ ਬਾਕੀ ਟ੍ਰੇਡ ਇੰਪੈਕਟ ਐਸਾ ਹੋਇਆ ਕਿ ਕੰਬੀਨੇਸ਼ਨ ਆਫ ਟੈਰੀਟਰੀ ਐਂਡ ਟ੍ਰੇਡ ਰੀਅਲੀ ਸਪੀਕਿੰਗ ਹੀ ਵੈਂਟ ਐਂਡ ਅਟੈਕਡ ਆਈ ਐਮ ਟਾਕਿੰਗ ਅਬਾਊਟ ਚਾਈਨਾ ਇਨ ਸਾਊਥ ਚਾਈਨਾ ਸੀ ਇਨ ਈਸਟ ਚਾਈਨਾ ਸੀ ਐਂਡ ਆਲਸੋ ਆਲ ਆਫ ਅ ਸਡਨ ਹੀ ਅਨਐਕਸਪੈਕਟਡਲੀ ਬ੍ਰੌਟ ਹਿਸ ਫੋਰਸਿਸ ਫੋਰ ਐਨ ਐਕਸਰਸਾਈਜ਼ ਐਂਡ ਦੈਨ ਹੀ ਕੰਟੀਨਿਊ ਟੂ ਐਡਵਾਂਸ ਇਨ ਟੂ ਏਰੀਆਜ਼ across the line of actual control on eastern ladakh pehlon bhi thodiyan bahut intrusions hundiyan si gya hotline sadiyan hegiyan hai gal baat karke ek 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 kisam da samjhota hunda reha hai te oh wapas jande rahe ne lekin is time te oda force level bahut zyada si ga dusri gal oh force level nu leke utthe aake permanently baith gaya unne kai jagahon te intrusion karti 5-6 jagah te unhan ne intrusion karni pegong so the north vich oh aa gaye ਦੇਵਸਾਂਗ ਗੋਗਰਾ ਹੌਟ ਸਪ੍ਰਿੰਗ ਤੇ ਸਭ ਤੋਂ ਪਹਿਲਾਂ ਗਲਵਾਨ ਦੇ ਉੱਤੇ ਜਿਹੜੀ ਆਪਾਂ ਆਲਰੇਡੀ ਗੱਲ ਕਰ ਚੁੱਕੇ ਉੱਥੇ ਉਹਨਾਂ ਨੇ ਇੱਕ ਕਿਉਂਕਿ ਉੱਥੇ ਸਾਡਾ ਇਨਫਰਾਸਟ੍ਰਕਚਰ ਹੈਗਾ ਹੈ ਬੜਾ ਕਲੀਅਰਲੀ ਨਜ਼ਰ ਆਉਂਦਾ ਹੈ ਤੇ ਉਹ ਹਿੰਦੁਸਤਾਨ ਕੇ ਉੱਥੇ ਤੁਸੀਂ ਆਪਣਾ ਟੈਂਟ ਲਾ ਕੇ ਉੱਥੇ ਇੱਕ ਆਪਣੀ ਲਿਸਨਿੰਗ ਪੋਸਟ ਜਾਂ ਪੋਸਟ ਇਸ ਕਰਕੇ ਉੱਥੇ ਐਕਸ਼ਨ ਹੋਇਆ ਕੈਜੁਅਲਟੀ ਹੋਈ ਸਾਡੀ ਪਹਿਲਾਂ ਉਹਨਾਂ ਦੀ ਕੈਜੁਅਲਟੀ ਹੋਈ ਤੇ ਜਦੋਂ ਕੈਜੁਅਲਟੀ ਹੋਈ ਉਦੋਂ ਗੱਲ ਵਧਦੀ ਗਈ ਉਹਨਾਂ ਨੇ ਇੰਟਰੈਂਚ ਫੋਰਸ ਲੈਵਲ ਹੋਰ ਵੱਧ ਗਏ ਤੇ ਅਗਸਤ ਵਿੱਚ ਇੰਡੀਆ ਨੇ ਫਿਰ ਇੱਕ ਐਸਾ ਕਾਊਂਟਰ ਐਕਸ਼ਨ ਕੀਤਾ ਕਿ ਉਹ ਚਾਈਨੀਜ਼ ਬੈਕਫੁੱਟ ਤੇ ਚਲੇ ਗਏ ਕਿਉਂਕਿ ਅਸੀਂ ਐਸੇ ਇਲਾਕੇ 'ਚ ਜਾ ਕੇ ਬੈਠ ਗਏ ਕਿ ਜਿਹੜਾ ਮੋਲਡੋ ਗੈਰੀਜ਼ਨ ਹੈਗਾ ਹੈ ਅਸੀਂ ਬਿਲਕੁਲ ਉਹਦੇ ਉੱਪਰ ਹੀ ਜਾ ਕੇ ਬੈਠ ਗਏ ਤੇ ਉਹ ਤੋਂ ਉਹਨੂੰ ਇੱਕ ਭਾਰੀ ਸਦਮਾ ਪਹੁੰਚਿਆ ਕਿ ਉਹ ਉਸ ਤੋਂ ਅੱਗੇ ਨਹੀਂ ਸੀ ਕਰ ਸਕਦਾ ਤੇ ਆਲ ਆਫ ਅ ਸਡਨ ਕੋਰ ਕਮਾਂਡਰ ਦੀਆਂ ਮੀਟਿੰਗ ਹੋਈਆਂ ਉਹਨੇ ਗਲਤੀ ਹੈ ਕਿਉਂਕਿ ਗਲਤੀ ਤਾਂ ਸਰਾਸਰ ਉਹਨਾਂ ਨੇ
ਸੀ ਬਿਕੋਜ਼ ਇਹਨਾਂ ਨੇ ਲਿਆ ਰਿਐਕਸ਼ਨ ਸਾਡਾ ਹੋਇਆ ਉਹ ਕਿਵੇਂ ਮੰਨ ਲੈਣ ਕਿ ਹੁਣ ਵਾਪਸ ਜਾ ਸਕਦੇ ਸੋ ਉਹਨੂੰ ਸਿੱਧ ਕਰਨ ਲਈ ਉਹਨਾਂ ਨੇ ਕਈ ਕਿਸਮ ਦੇ ਵਲਵਲੇਵੇਂ ਪਾ ਕੇ ਹਰ ਇੱਕ ਚੀਜ਼ ਨੂੰ ਉਹਨਾਂ ਨੇ ਇਨਵੋਲਵ ਕੀਤਾ ਇੱਕ ਐਸਾ ਮਾਹੌਲ ਖੜਾ ਹੋ ਗਿਆ ਮਹਾਮਾਰੀ ਚੱਲ ਰਹੀ ਸੀ ਦੂਸਰੀ ਉਹਨਾਂ ਦੇ ਟ੍ਰੇਡ ਪ੍ਰੈਕਟਿਸਿਸ ਆਲ ਓਵਰ ਦ ਵਰਲਡ ਇਹੋ ਜਿਹੇ ਸ਼ੁਰੂ ਹੋ ਗਏ ਉਹਨਾਂ ਨੇ ਸਾਊਥ ਚਾਈਨਾ ਸੀ ਦੇ ਅੰਦਰ ਆਪਣੇ ਐਕਸ਼ਨ ਸ਼ੁਰੂ ਕਰਤੇ ਤੇ ਪੂਰੇ ਵਿਸ਼ਵ ਦੇ ਅੰਦਰ ਆ ਇੱਕ ਖਤਰਾ ਐਸਾ ਮਹਿਸੂਸ ਹੋ ਗਿਆ ਪਹਿਲਾਂ ਤੇ ਉਹਦੀਆਂ ਸਿਰਫ ਗੱਲਾਂ ਹੁੰਦੀਆਂ ਸੀ ਲੇਕਿਨ ਇਹ ਕੀ ਜਿਹੜਾ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਟ੍ਰੇਡ ਦੇ ਮਕਸਦ ਦੇ ਨਾਲ ਉਹਨਾਂ ਨੇ ਗੱਲ ਕੀਤੀ ਅਸੀਂ ਦੇਖਿਆ ਉਹ ਤਾਂ ਸਿਪਿਕ ਕੋਰੀਡੋਰ ਦੇ ਅੰਦਰ ਪੂਰੇ ਮਿਲਟਰੀ ਯੂਜ਼ ਵੀ ਹੋ ਸਕਦਾ ਹੈ ਉਹਨਾਂ ਨੇ ਗਵਾਦਰ ਦਾ ਜਿਹੜਾ ਉੱਥੇ ਪੋਰਟ ਬਣਾਇਆ ਹੈਗਾ ਪਾਕਿਸਤਾਨ ਦੇ ਅਰੇਬੀਅਨ ਸੀ ਦਾ ਵਾਲਾ ਪੋਰਟ ਦੇ ਉੱਤੇ ਉਹਨਾਂ ਨੇ ਆਪਣੀ PLA ਦੀ ਨੇਵੀ ਦੀ ਸ਼ਿਪਸ ਜਾ ਕੇ ਖੜੀ ਕਰਤੀਆਂ ਤੋ ਆਹ ਇੱਕ ਐਸੀ ਸਿਚੁਏਸ਼ਨ ਬਣ ਗਈ ਕਿ ਇੰਡੀਆ ਲਈ ਇੱਕ ਟੈਰੀਟੋਰੀਅਲ ਇਸ਼ੂ ਬਣ ਗਿਆ ਤੇ ਬਾਕੀ ਜਿੰਨੀਆਂ ਵੀ ਕੰਟਰੀ ਸੀਗੀਆਂ ਲਾਈਕ ਮਾਈਂਡਡ ਡੈਮੋਕ੍ਰੈਟਿਕ ਕੰਟਰੀਜ਼ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਇਕਨੋਮਿਕਲੀ ਸਟਰੋਂਗ ਨੇ ਤੇ ਵੈਸੇ ਵੀ ਆ ਕੁਆਡ ਦੀ ਮੀਟਿੰਗ ਪਹਿਲਾਂ ਵੀ ਹੁੰਦੀ ਸੀਗੀ ਲੇਕਿਨ ਐਟ ਕੀ ਪ੍ਰੀਸਾਈਜ਼ਲੀ ਇਟ ਵਾਸ ਟੂ ਕਾਊਂਟਰ ਬੈਲੈਂਸ ਚਾਈਨਾ ਐਂਡ I think that is the significance of the beat of the top leaders of Quad grouping that they have taken it very seriously that we have to contain China otherwise it will eat up the entire world ji you know I'm glad general pannu to see covid di gal chedi because this was a big subject right is meeting de vich khas karke jithe vaccine manufacturing to distribution di gal aandi ek bahut vadda a discussion point siga friday di summit de vich ode bare vi apa thodi ji hor gehrai de vich discussion karange but you know ambassador Kapoor, really quickly, you know, once again, tusi DC vich baithe ho, you've been there for a while now, so tusi transition te oh significance dekhi hai, US te India di relationship te vich, right? Can you comment on the timing? Because jithe geopolitical main kehndi hai, ya foreign relations di vadde level te events hunde hai, Joe Biden di administration ne eh ek event inni cheti rakhi I mean it's been you know not even 100 days right US presidencies de vich hamesha pehle 100 days nu dekhya janda hai as a benchmark of a new president right hale 100 din vi nahi hoye president biden nu and this was one of the big foreign relation events that he attended unhone aap is cheez vich hissa litta ki significance hai ki timing di tode khayal ch te ashmita eh bahut aham sawal hai ਔਰ ਬਹੁਤ ਇੰਪੋਰਟੈਂਟ ਯੂ ਨੋ ਕੁਐਸਚਨ ਹੈ ਇੱਦਾਂ ਹੁੰਦਾ ਕਿ ਜਿਹੜੀ ਫਸਟ ਸਮਿਟ ਲੈਵਲ ਮੀਟਿੰਗ ਹੁੰਦੀ ਹੈ ਫੋਰ ਐਨੀ ਔਰਗਨਾਈਜੇਸ਼ਨ ਜਿੱਦਾਂ ਮੈਂ ਜਦੋਂ ਕੰਬੋਡੀਆ 'ਚ ਅੰਬੈਸਡਰ ਸੀਗਾ ਸਾਡੀ ਪਲੈਨਿੰਗ ਹੋਈ ਫੋਰ ਦਾ ਫਸਟ ਸਮਿਟ ਲੈਵਲ ਮੀਟਿੰਗ ਬਿਟਵੀਨ ਇੰਡੀਆ ਐਂਡ ਆਸੀਆਨ ਕੰਟਰੀਜ਼ ਇਨ ਕੰਬੋਡੀਆ ਵਿਦ ਦੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਆਲ ਦੀ ਪ੍ਰਾਈਮ ਮਿਨਿਸਟਰਸ ਪ੍ਰੈਜ਼ੀਡੈਂਟ ਸੁਲਤਾਨਸ ਐਂਡ ਕਿੰਗਸ ਆਫ ਦੀ 10 ਆਸੀਆਨ ਕੰਟਰੀਜ਼ So that sets the tone and tenor for the relations in that organization for a very long time. Mm-hmm. It sets the basis. Jidha tusi kuch bhi samjho cheez, a thing well begun is half done jidha kehne hain. Te je shubh muhurat ho jaye kisi cheez da, te oh phir bahut agge chalda aur bahut tez chalda agge. Hun jidha India ASEAN relations are doing very very well. Mm-hmm. Because from the first summit onwards, it was a very good relationship and a very good ride for India and for all the 10 ASEAN countries. Mm-hmm. So the relationship has continued to blossom. Mm. Similarly, un quad which Biden administration nu meeting host karni, first meeting of the prime ministers and presidents of these four countries, as you have mentioned, I will not repeat those names, is a very, very important step for these four countries, for the Indo-Pacific region, for the citizens of all these four countries, and for the entire world, including mm-hmm. China. Mm-hmm. It is sending out many, many messages. Ji. As you have correctly said, 100 dina to pehlo inhane a meeting karti aur host karti, which is one of the first few significant international relations meetings of this new administration. So it is saying, you know, what you, when you sit at the desk in the Oval Office, you think about what are the main issues which you want to tackle in your 4 years. Mm-hmm. And then you prioritize and then you move ahead on those accordingly.
Now, for the Biden administration to decide to have this meeting also signifies that in their plate, the relationships with the Quad countries, strengthening of those and expanding those, mm-hmm. and sending messages to the concerned people. Even though in the Quad meetings, what has been said is a lot less than what has not been said. Yes, yes. So they have been very diplomatic. They have been very, very proper. They have been very formal. They have been very good. It's very early on, right? I mean, I think this meeting, de vich, it was kind of, it was more for show that look, apa sare ikatthe ho chuke hain. And they even said in the virtual summit that, you know, this is virtual, but this year there will be a plans to meet in person between the four leaders in an official capacity. So this is, I think you're right. It's a very, like early on, but it is definitely a significant show of unity and force amongst these four nations. ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਇੰਡੀਆ ਅਤੇ ਯੂ ਐਸ ਦੀ ਕਿਸ ਤਰ੍ਹਾਂ ਇਹ ਰਿਲੇਸ਼ਨਸ਼ਿਪ ਅੱਗੇ ਵੱਧ ਰਹੀ ਹੈ ਖਾਸ ਕਰਕੇ ਏਸ਼ੀਆ ਦੇ ਵਿੱਚ ਉਹਦੀ ਗੱਲ ਹੋਏਗੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਗੱਲ ਹੋ ਰਹੀ ਹੈ ਇੱਕ ਨਵੀਂ ਡਿਵੈਲਪਮੈਂਟ ਇਨ ਦੀ foreign relations of four very important countries, eight char countries, the meeting, the Quad, as they are called, Friday nu ek bahut hi vadde level te hui. United States, India, Japan te Australia ne ek kisam di grouping banai hai, jo koi navi grouping nahi hai, kuch saalan to eh developments chal rahi hai, but Friday nu pehli wari in chara countries the top leaders, President Joe Biden, Prime Minister Modi, Australia te Japan de Prime Minister ne ikatthe hoke virtual summit attend kiti and discussed ki kis tarah char countries vakh vakh topics, vakh vakh cheezan te issues te ikatthe hoke unhanu tackle kar sakde hai, but in sari cheezan de center de vich siga China. And jidda kehnde na ek bahut hi famous kahawat hai ki my enemy's enemy is my friend, right? So jithe sare countries de vakh vakh objectives han duniya de vich unna de challenges te opportunities vakhriyan hegiyan, everyone chara ne at least eh decide kita ki China nu counteract karan layi unna di unity honi chahiye. Te is cheez di significance the discussion ho rahi hai ajj de program de vich, te sanu join kar rahe two very well established esteemed guests, so please unna nu ek bari fir tusi swagat karo. Lieutenant General PJS Pannu, the Ambassador Pradeep Kapoor, welcome back gentlemen, good to have you. Tusi thodi ji sanu, you know, significance dassi ke jithe timing hegi jo Biden the administration layi ki unna ne early on apni navi tenure de vich is meeting nu aap attend kita, te General Pannu jithe tusi keha ke China di jo security threat hegi unnu kis tarah India te US ikatthe ho ke tackle kar sakde hai. Thank you for starting the conversation off with that, right? China ne is Friday the summit nu aj unna de vallon ek response ditta unna de tusi keh sakde ho jo foreign minister hai unna ne keha ke you know ke jo e China di threat hegi it's exaggerated hai na ke that e jo char countries jo inna di grouping ban rahi hai kisam da nava NATO banan di koshish kar rahe hai ke e kithe nahi jaoga. The exact words were it will end up going nowhere. This was the foreign minister spokesperson Zhao jinna ne e comment aj ditta. General Pannu, I'd like to start with you. Ki e ek kisam di sirf dikhave di statement hai ya tonu lagda hai ki China sachi de vich e belief hold karda hai ki e char countries paave us security cooperation de point of view to hoye ya economic ya strategic cooperation de point of view to hoye that e char countries ikatthe ho ke vi China nu you know kuch eho ji impact nahi kar sakde una di upward growth te, I guess we can say. What do you think, General Pannu? Thank you, Ashmita. I think this is bit of both. When I say bit of both, I think China apne aap inna confident ho gaya hai ki wo United States da mukabla kar sakta hai prematurely. Wo unne pehle kya se kaha ve main 2050 tak center of the world stage vich aa jaunga te main America to agge nikal jaunga.
ਸ਼ਾਇਦ ਕੋਵਿਡ ਦੇ ਅੰਦਰ ਜਾਂ ਪਹਿਲਾਂ 2008 ਦੇ ਅੰਦਰ ਉਹਨਾਂ ਦੇ ਜਿਹੜੇ ਇਕਨੋਮਿਕ ਮੈਲਡਾਊਨ ਹੋਇਆ ਸੀਗਾ ਪੂਰੇ ਵਰਲਡ ਦੇ ਅੰਦਰ, ਉਹਨਾਂ ਨੇ ਸੋਚਿਆ ਕਿ ਨਾਓ ਵੀ ਕੈਨ ਸਪੀਡ ਇਨ ਅਪ ਓਵਰਟੇਕਿੰਗ ਅਮਰੀਕਾ, ਐਂਡ ਨਾਓ ਇਨ ਕੋਵਿਡ ਥਾਟ ਯੂ ਨੋ ਨਾਓ ਦੀ ਅਦਰਸ ਆਰ ਕੋਲੈਪਸਿੰਗ ਐਂਡ ਡੈਮੋਕ੍ਰੇਸੀਜ਼ ਆਰ ਰੀਅਲੀ ਫੰਬਲਿੰਗ ਐਂਡ ਨਾਓ ਆਈ ਵਿਲ ਸਪੀਡ ਇਨ ਅਪ ਟੂ ਓਵਰਟੇਕ ਅਮਰੀਕਾ। ਉਹਨਾਂ ਨੇ ਆਪਣੀ ਬੜੀ ਇਨਵੈਸਟਮੈਂਟ ਕੀਤੀ ਹੈਗੀ ਆ ਆਪਣੀ ਨੇਵੀ ਦੇ ਅੰਦਰ, ਐਂਡ ਖਾਸ ਕਰਕੇ ਜਦੋਂ ਕੁਝ ਸਾਲ ਪਹਿਲਾਂ ਅਮਰੀਕਾ ਨੇ ਇੰਡੋ ਪੈਸੀਫਿਕ ਦੀ ਗੱਲ ਕੀਤੀ, ਇਹਦਾ ਮਤਲਬ ਉਹ ਆਲਰੇਡੀ ਇੰਡੀਕੇਟ ਕਰ ਰਹੇ ਸੀਗੇ ਕਿ ਏਸ਼ੀਅਨ ਪਾਵਰਸ ਜਿਹੜੀਆਂ ਹੈਗੀਆਂ ਉਹ ਪੈਸੀਫਿਕ ਓਸ਼ਨ ਦੇ ਨਾਲ ਮਿਲ ਕੇ ਇਸ ਪੂਰੇ ਇਲਾਕੇ ਨੂੰ ਡੋਮੀਨੇਟ ਕਰਨਾ ਚਾਹੀਦਾ, ਕਿਉਂਕਿ ਚਾਈਨਾ ਨੇ ਐਸੇ ਬੇਸਿਸ ਬਣਾ ਲਏ ਇਸ ਇਲਾਕੇ ਦੇ ਅੰਦਰ। ਇਹ ਉਹਨੇ ਜਬੋਤੀ ਤੋਂ ਲਾ ਕੇ ਮਿਆਨਮਾਰ ਤੱਕ ਉਹਨੇ ਆਪਣੇ ਪੂਰੇ ਬੇਸਿਸ ਦਾ ਜਾਲ ਫੈਲਾ ਕੇ ਰੱਖ ਲਿਆ, ਇੰਕਲੂਡਿੰਗ ਯੂ ਨੋ ਗਵਾਦਰ ਪੋਰਟ ਵਿਚ ਇਜ਼ ਆਰ ਨੇਬਰ, ਉਹਨੂੰ ਸੀਪੇਕ ਕੋਰੀਡੋਰ ਦੇ ਨਾਲ ਜੋੜਤਾ, ਉਹ BRI ਦੇ ਨਾਲ ਪੂਰੇ ਜਿੱਦਾਂ ਪਹਿਲਾਂ ਕੋਰਸ਼ਨ ਕਰਦਾ ਹੁੰਦਾ ਸੀ ਉਹਨੇ ਇਨਸੈਂਟੀਵਾਈਜ਼ ਕਰਨਾ ਸ਼ੁਰੂ ਕਰਤਾ ਕਈ ਕੰਟਰੀਜ਼ ਨੂੰ, ਤੇ ਸਲੋਲੀ ਐਜ਼ ਯੂ ਰਿਅਲਾਈਜ਼ ਦੈਟ ਮੈਨੀ ਕੰਟਰੀਜ਼ ਅਰਾਊਂਡ ਦ ਵਰਲਡ ਸਮਾਲਰ ਕੰਟਰੀਜ਼ ਸਟਾਰਟਡ ਬਿਕਮਿੰਗ ਕੰਪਲਾਈਂਟ ਟੂ ਦ ਚਾਈਨੀਜ਼, ਐਂਡ ਐਜ਼ ਅ ਰਿਜ਼ਲਟ ਵੈਨ ਸਲੋਲੀ ਦ ਕੰਟਰੀਜ਼ ਈਵਨ ਇਨ ਯੂਰਪ ਸਟਾਰਟਡ ਬਿਕਮਿੰਗ ਕੰਪਲਾਈਂਟ, ਜਿਹੜੀ ਪੂਰੀ ਵੈਸਟਰਨ ਬਲੋਕ ਅਮਰੀਕਾ ਦੇ ਨਾਲ ਸੀਗਾ ਉਹ ਵੀ ਉਹਨਾਂ ਨੇ ਚਾਈਨਾ ਦੇ ਨਾਲ ਕੁਛ ਇਹੋ ਜਿਹੀਆਂ ਗੱਲਾਂ ਬਾਤਾਂ ਸ਼ੁਰੂ ਕਰਤੀਆਂ ਕਿ ਉਹ ਜਿਹੜਾ ਇਹਨਾਂ ਦਾ ਬੈਲਟ ਰੋਡ ਇਨੀਸ਼ੀਏਟਿਵ ਹੈਗਾ ਉਹ ਯੂਰਪ ਵੱਲ ਤੋਂ ਵੀ ਸਕਸੈਸਫੁਲ ਹੋਣਾ ਸ਼ੁਰੂ ਹੋ ਗਿਆ, ਪਾਕਿਸਤਾਨ ਵੱਲ ਤੋਂ ਵੀ ਈਸਟ ਸਾਈਡ ਤੇ ਆਸੀਆਨ ਦੇ ਅੰਦਰ ਵੀ ਸਕਸੈਸਫੁਲ ਹੋਣਾ ਸ਼ੁਰੂ ਹੋ ਗਿਆ, ਤੇ ਇਹਦੇ ਅੰਦਰ ਜਿਹੜੀ ਹੁਣ ਉਹਨਾਂ ਨੇ ਇਨਸੈਂਟੀਵਾਈਜ਼ ਕਰਕੇ ਉਹਨਾਂ ਨੂੰ ਲੋਕਾਂ ਨੂੰ ਆਪਣੇ ਫੋਲਡ ਦੇ ਅੰਦਰ ਲਿਆਂਦਾ, ਦੈਟ ਇਜ਼ ਵੇਅਰ ਦੀ ਡੈਮੋਕ੍ਰੇਸੀ ਐਕਚੁਅਲੀ ਸਟਾਰਟਡ ਫੀਲਿੰਗ ਥ੍ਰੈਟਨਡ, ਐਂਡ ਨਾਓ ਵੈਨ ਯੂ ਟਾਕ ਅਬਾਊਟ ਮਿਲੀਟਰਾਈਜ਼ੇਸ਼ਨ actually quad is not about militarization, oh it the shuruaat hi hui segi in climate change and you know coming together for disaster relief and management, but slowly jinne ikatthe hoye ne desh inna ne ek alliance vi nahi banayi, it is just like minded people who came together to solve rather common threats to climate and through other issues, but the point is now China has become a threat to everything. And similarly, ਉਹਨੇ ਆਪਣੇ ਇੰਡੀਅਨ ਓਸ਼ਨ ਦੇ ਅੰਦਰ ਜਾਂ ਪੈਸੀਫਿਕ ਓਸ਼ਨ ਦੇ ਅੰਦਰ ਮਿਲ ਕੇ ਆਪਣੀ ਨਿਊਕਲੀਅਰ ਸਬਮਰੀਨ ਉਹਨਾਂ ਨੇ ਚਲਾਉਣੀਆਂ ਸ਼ੁਰੂ ਕਰਤੀਆਂ ਰਾਈਟ ਬਿਟਵੀਨ ਜਬੋਤੀ ਐਂਡ ਮਿਆਨਮਾਰ, ਉਹਨੇ ਕੰਟਰੈਕਟ ਐਸੇ ਲੈਣੇ ਸ਼ੁਰੂ ਕਰਤੇ ਜਿੱਥੇ ਮਿਲੀਟਰਾਈਜੇਸ਼ਨ ਹੋ ਜਾਏਗੀ, ਉਹਨੇ ਮੈਰੀਟਾਈਮ ਸੀ ਰੂਟਸ ਬਣਾ ਲਏ, ਸੋ ਆਹ ਜਦੋਂ ਉਹਨਾਂ ਨੇ ਸੀਪੈਕ ਤੇ ਗਵਾਦਰ ਦਾ ਕੰਬੀਨੇਸ਼ਨ ਇੰਡੀਆ ਦੇ ਡਾਇਰੈਕਟ ਥ੍ਰੈਟ ਦੀ ਹਾਲੇ ਗੱਲਬਾਤ ਹੀ ਚੱਲ ਰਹੀ ਤੇ ਉਹਨੇ ਇੰਡੀਆ ਦੇ ਉੱਤੇ ਅਟੈਕ ਕਰਤਾ, ਸੋ ਦਿਸ ਐਕਚੁਅਲੀ ਬਿਕੇਮ ਅ ਕ੍ਰੈਡੀਬਲ ਥ੍ਰੈਟ ਅ ਵਿਜ਼ੀਬਲ ਥ੍ਰੈਟ that he is not only talking about it but he is actually attacking the countries he's actually gone into areas in South China Sea one below 2010 de andar 9-dash line di gal karni shuru kar di South China Sea East China Sea but the point is now he started pushing his navy around in this area so the threat has become credible so the deterrence which is wanted by the Quad is also a credible deterrence I think it is time has come that these countries come together not only challenge the unfair trade practices but also unfair military practices that he's running in these areas and I think Quad though is not desirable to get militarized but it is China which is pushing these countries in a way to protect and defend their own interests have come together and as a result I think it is more flexible Quad is not merely four countries I think many more countries are slowly getting aligned to the idea they are also coming closer because they feel that even if they are on the side of China today the Chinese are going to exploit on a sari duniya nu exploit karna ek ek karke tod ke te oh jinna nu samajh lag rahi hai ki ek ek tod ke exploit karenge oh holi holi hun quad de naal vi jud rahe ne ਤੁਸੀਂ ਦੇਖਿਆ ਵੀ ਸਾਊਦੀ ਅਰੇਬੀਆ ਵੀ ਆ ਰਿਹਾ ਹੈ ਫਰਾਂਸ ਵੀ ਆ ਰਿਹਾ ਥੋੜਾ ਬਹੁਤ ਹਾਂਜੀ ਹੁਣ ਬਾਕੀ ਕੰਟਰੀਜ਼ ਵੀ ਇਕੱਠੀ ਹੋ ਰਹੀਆਂ ਤੋ ਆਈ ਥਿੰਕ ਦੀ ਥ੍ਰੈਟ ਇਜ਼ ਕ੍ਰੈਡੀਬਲ ਐਂਡ ਚਾਈਨਾ ਐਕਚੁਅਲੀ ਇਜ਼ ਬਿਕਮਿੰਗ ਵੈਰੀ ਕੰਫੀਡੈਂਟ ਦੈਟ ਦੇ ਵਿਲ ਬੀ ਏਬਲ ਟੂ ਬ੍ਰੇਕ ਦੀਸ ਕੰਟਰੀਜ਼ ਵਨ ਬਾਈ ਵਨ ਐਂਡ ਵਿਲ ਬੀ ਏਬਲ ਟੂ ਬ੍ਰੇਕ ਦਿਸ ਕੁਆਡ ਐਂਡ ਦੇਅਰਫੋਰ ਦੇ ਆਰ ਟ੍ਰਿਵਲਾਈਜ਼ਿੰਗ ਕੁਆਡ ਬਿਕਾਜ਼ ਇਟ ਇਜ਼ ਲਾਈਕ ਟੈਲਿੰਗ ਅਦਰਸ ਨਾਟ ਟੂ ਜੁਆਇਨ ਅ ਵੈਰੀ ਵੀਕ ਕੋਲੀਸ਼ਨ ਵਿਚ ਹੈਜ਼ ਨੋ ਮੀਨਿੰਗ ਐਂਡ ਆਲਸੋ ਟ੍ਰਾਇੰਗ ਟੂ ਬ੍ਰੇਕ the four together so therefore it was very important for the leaders themselves to demonstrate that we are together and it is not happening at some official level so I think it is a very very credible signal where the leaders have come together and they are announcing and they've actually written together in the Washington Post I think that is a precedent which has never been there before ke ek joint statement sirf likhi gall hi nahi ho rahi onu unhone print kita hai they have actually written it down yep. So I think it is significant hai both from trade and military point of view but I hope it
does not become a military alliance, it is not good for the world to rally around militarily. I'm glad you mentioned this, General Pannu, because sadi zarur is cheez te nigrani rahogi ki kis cheez nu ek center focus rakhe, ek priority bana ke ek quad agge vadda hai, pave military hoye, economy hoye, or general jis tarah tusi kiya vakh vakh hor issues, climate change, disaster relief, etc. Jithe is grouping di gall aandi hai, and khas karke jo india de excuse me, not india but ek global ਤੌਰ 'ਤੇ ਗਰੋਇੰਗ ਪਾਵਰਸ ਦੀ ਗੱਲ ਆਉਂਦੀ ਹੈ, ਇੱਕ ਹੋਰ ਗਰੁੱਪਿੰਗ ਹੁੰਦੀ ਸੀ ਜਿਹਦੇ ਬਾਰੇ ਮੈਂ ਅੰਬੈਸਡਰ ਕਪੂਰ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ। ਇੱਕ ਟਾਈਮ ਸੀਗਾ ਕਿ ਬ੍ਰਿਕ ਨੇਸ਼ਨਸ ਨੂੰ ਬਹੁਤ ਹੀ ਜਿੱਦਾਂ ਕਹਿੰਦੇ ਕਲੋਸ ਵਾਚ ਦੇ ਰਾਹੀਂ ਵੇਖਿਆ ਜਾ ਰਿਹਾ ਸੀ ਕਿ ਕਿਸ ਤਰ੍ਹਾਂ ਇਹ ਬ੍ਰਿਕ ਨੇਸ਼ਨਸ ਅੱਗੇ ਵਧਦੇ ਹਨ। ਉਸ ਗਰੁੱਪਿੰਗ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਇਕੱਠੇ ਸੀਗੇ। ਅੱਜ ਦੀ ਡੇਟ ਦੇ ਵਿੱਚ ਜ਼ਿਆਦਾ ਸਾਨੂੰ ਬ੍ਰਿਕ ਨੇਸ਼ਨਸ ਦੀ ਖਬਰ ਸੁਣਨ ਨੂੰ ਨਹੀਂ ਮਿਲਦੀ। ਤੁਹਾਨੂੰ ਲੱਗਦਾ ਹੈ ਕਿ ਰੀਸੈਂਟ ਇਵੈਂਟਸ ਜਾਂ ਖਾਸ ਕਰਕੇ ਇਹ ਕੁਆਡ ਗਰੁੱਪਿੰਗ ਜਾਂ ਈਵਨ ਕੋਵਿਡ, ਇਨ ਚੀਜ਼ਾਂ ਨੇ ਜੋ ਇਹ ਬ੍ਰਿਕ ਗਰੁੱਪਿੰਗ ਸੀਗੀ ਉਹਨਾਂ ਨੂੰ ਮਤਲਬ ਬੇਸਿਕਲੀ ਨਲ ਐਂਡ ਵੋਇਡ ਕਰਤਾ ਹੈ? ਯੂ ਥਿੰਕ ਦੈਟ ਅੱਗੇ ਵੱਧ ਕੇ ਕੋਈ ਇਸ ਤਰ੍ਹਾਂ ਦੀ ਇਸ ਗਰੁੱਪਿੰਗ ਦੇ ਵਿੱਚ ਕੋਈ ਸਾਨੂੰ ਪ੍ਰੋਗਰੈਸ ਵੇਖਣ ਨੂੰ ਮਿਲੇਗਾ? ਗੱਲ ਇਹ ਹੈ ਕਿ ਇਫ ਆਈ ਯੂ ਨੋ ਇੱਕ ਕਹਾਵਤ ਹੈ ਜਿਹਦਾ ਇੰਗਲਿਸ਼ ਵਿੱਚ bull in the china shop. Now here china was like the bull in the china shop, but it was like the china in the bull shop. You have ji at the same time antagonized a very large number of countries simultaneously. Almost all your neighbors of china, all the neighbors of china in the southeast china seas, what should be probably called the ASEAN seas, would be a much better name and a more appropriate name for those seas. In the East China Seas, a lot of the ASEAN countries and then South Korea and Japan and even Russia have conflicting claims on a large number of islands. Then you have taken steps in Hong Kong, which is against the international agreement with Britain of 1997, which is valid till 2047. So you have violated international agreements. You have indulged in a massive infringement of human rights on a scale which has never been seen before in the history of the world, in Tibet and in Xinjiang and in Outer Mongolia. And then you have launched an attack in Ladakh, which General Saab mentioned. Now, in the history of the world, aisa koi nation nahi main dekha jede inne fronts simultaneously khol rahe aur utho Taiwan nu threaten kar rahe hain. So inne jyada tusi agar apne fronts khol rahe hain, that's why I'm saying it's like China in the bull shop, because there are so many bulls now who are totally ready to charge and stop all their actions because of their actions as a reaction. It is not that it is a proactive thing. Now, Quad has done a very, very sensible thing. If you see the statements and the joint statement, the number one item which attracts the global attention and the global eyeballs is the COVID vaccine collaboration. Sir, Ambassador Kapoor, I have to stop you right here because the COVID discussion is inni important hai ki is sari conversation to that I kind of want to deep dive in this, right? But basically, simple answer that jithe pehle ek BRIC grouping nu dekhya jande si as this may be a growing group of countries that are together, tode khayal ch aj oh cheez matlab inni ahmiyat nahi rakhdi that the BRIC nations ਉਹਨਾਂ ਦੀ ਕੋਈ ਗਰੁੱਪਿੰਗ ਅੱਜ ਇੰਨੀ ਕੋਈ ਵੱਡੇ ਲੈਵਲ ਤੇ ਐਗਜ਼ਿਸਟ ਨਹੀਂ ਕਰਦੀ ਤੁਹਾਡੇ ਖਿਆਲ 'ਚ? ਬਿਕੋਜ਼ ਗੱਲ ਇਹ ਹੋਈ ਹੈ ਬ੍ਰਿਕਸ ਵਿੱਚ, ਜਿੱਦਾਂ ਤੁਸੀਂ ਕਿਹਾ ਪਹਿਲਾਂ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਸੀ, ਫਿਰ ਉਹ ਬ੍ਰਿਕਸ ਬਣ ਗਿਆ, ਬ੍ਰਾਜ਼ੀਲ, ਇੰਡੀਆ, ਚਾਈਨਾ ਐਂਡ ਸਾਊਥ ਅਫਰੀਕਾ। ਹੁਣ ਜੇ ਬ੍ਰਾਜ਼ੀਲ ਇਜ਼ ਲੈਡ ਬਾਈ ਅ ਰੂਲਰ ਹੂ ਇਜ਼ ਵੈਰੀ ਕਲੋਜ਼ ਟੂ ਦੀ ਯੂਨਾਈਟਿਡ ਸਟੇਟਸ, India has had very significant difficulties which has not happened for the last so many years till from 1962 with China.
So the automatic synergies in that sort of group is bound to decrease. And if there is a request from any one of these five countries for a meeting, countries like India will say, no, this is not the opportune time. So automatically these organizations then lose a lot of their momentum and their impact on the global stage. Comparatively now, Quad consists of four countries which are in the top 10 of the global economies. So between the four of them, they have more than half the world economy, which they are contributing to in terms of GDPs. They have much more than half the world's military strength with the support of some of the other countries, like the European countries, which are very keen to come in some capacity or the other. France has mentioned that, UK has mentioned that, Germany has mentioned that, Netherlands has mentioned that. And many from the ASEAN are also waiting in the wings, not necessarily to become active members of the Quad, but even in the ASEAN, there is a grouping, for example, which is called ASEAN plus India. So in that plus setting, it is very easy for the Quad to consider plus plus with any number of other countries, particularly the ones which are interested. So while BRICS and other countries like that, other groupings like that, which are, you know, quite a few of them where China is an important partner and India is an important partner, will fade away in importance because of the antagonism between China and India, which had been managed for many decades, which has suddenly now spiraled out of control. And India has shown the spine and has not, you know, sort of blinked in front of the Chinese threat. So the whole world has seen that here is one country in the world which has the capacity now and in the future to stand up to any threat from China in any shape or form. I think अगर आप इस चीज़ नू होर भी सिंपल शब्दांच यू नो दसना होए व्यूअर्स नू इट्स बेसिकली दैट ए जो ग्रुपिंग हैगी दिस इज द मोस्ट potentially important grouping for the future of, you know, counteracting China and the direction in which the world goes, the global powers of the world, this direction which will give us. Itthe ek hor chote ji break le rukde haan, viewers tusi is tarah jude raho. COVID nu laake is Quad di ki discussion hui, ohde bare gal karange break to baad. Break to baad saare da swagat tusi vekh rahe ho program. Aj da mudda gal ho rahi hai Quad grouping di. United States, India, Australia ते Japan दी जो alliance develop हो रही है ते उना दी virtual summit जेदे विच सारे countries दे top heads of state, President Biden, Prime Minister Modi, ते Prime Minister from Australia and Japan इना निकट्ठे होके एस चीज दी तुसी कह लो एक किस्म दी official तौर ते kick off की थी. So Quad दे विच pandemic nu laake ki discussions hui aaj di date which you know for better or for worse tusi keh lo ek pandemic de aap de politics ban chuke hai te kis tarah pandemic khaas karke vaccinations nu use kita ja reha hai to further international relations e da ek bahut vadda example sanu friday nu vekhan nu mila te is cheez de bare sanu apni expert insight provide karan layi sanu join kar rahe sade esteemed guest for the evening. Gentlemen, welcome back once again, Lieutenant General PJS Pannu, the Ambassador Pradeep Kapoor. Gentlemen, the politics of a pandemic, right? A Quad grouping pame kinne saalan to development vich sigi, in the last year or so specifically inne zyada apa keh sakde it has picked up steam because of China's various aggressions, hai na? Te jo COVID nu laake China de aggressions rahe han, pame ho purposeful or accidental, koi deny nahi kar sakda that unhone is situation di advantage zarur litti hai. Te aaj ਜਦੋਂ ਵੈਕਸੀਨੇਸ਼ਨ ਦੀ ਗੱਲ ਆਉਂਦੀ ਹੈ, ਫਾਈਨਲੀ ਦੁਨੀਆ ਉਸ ਪਾਸੇ ਪਹੁੰਚ ਚੁੱਕੀ ਹੈ ਕਿ ਯੂ ਨੋ ਵੈਕਸੀਨੇਸ਼ਨਸ ਆਰ ਬੀਇੰਗ ਮੈਨੂਫੈਕਚਰਡ, ਦੇ ਆਰ ਬੀਇੰਗ ਡਿਸਟ੍ਰੀਬਿਊਟਿਡ. ਸਭ ਤੋਂ ਪਹਿਲੇ ਯੂ ਨੋ ਆਈਡ ਲਾਈਕ ਟੂ ਸਟਾਰਟ ਐਂਡ ਇੱਕ ਕੁਐਸਚਨ ਤੁਹਾਡੇ ਦੋਨਾਂ ਲਈ ਮੈਂ ਰੱਖਣਾ ਚਾਹੁੰਦੀ ਹਾਂ ਕਿ ਇੰਡੀਆ ਦਾ ਕੀ ਰੋਲ ਹੈ ਐਜ਼ ਅ ਗਲੋਬਲ ਪਾਵਰ in regards to vaccination manufacturing and distribution. I'll start with you, General Pannu. India da ki role hai is cheez de vich? Thank you, Ashmita. Main tuhanu thodi ji background dassanga Quad de jehdi gallbaat hui hai.
ਇੱਕ ਤਾਂ ਕਲਾਈਮੇਟ ਚੇਂਜ ਹੀ ਹੋਈ ਹੈ, ਦੂਸਰੀ ਗੱਲ ਹੋਈ ਹੈ ਨਿਊ ਟੈਕਨੋਲੋਜੀ ਜਿਹੜੀ ਪੂਰੇ ਅੱਜ ਕੱਲ੍ਹ ਵਿਸ਼ਵ ਨੂੰ ਐਜ਼ ਅ ਥ੍ਰੈਟ ਜਾਂ ਐਜ਼ ਅ ਰੈਮਡੀ ਡਿਕਟੇਟ ਕਰਦੀ ਹੈ। ਵੈਨ ਯੂ ਟਾਕ ਅਬਾਊਟ ਨਿਊ ਟੈਕਨੋਲੋਜੀ ਐਕਚੁਅਲੀ ਇਟ ਈਵਨ ਟਾਕਸ ਅਬਾਊਟ ਐਵਰੀਥਿੰਗ ਦੈਟ ਕੈਨ ਬੀ ਮੈਨੀਫੈਸਟਡ ਇਨ ਟੂ ਅ ਥ੍ਰੈਟ ਬਿਕੋਜ਼ ਨਿਊ ਟੈਕਨੋਲੋਜੀ ਵਿੱਚ ਚਾਈਨਾ ਹੈਜ਼ ਗੋਟ ਚਾਈਨਾ ਇਜ਼ ਗੋਇੰਗ ਟੂ ਇੰਟਰਫੇਅਰ ਵਿਦ ਦ ਨੇਚਰ ਐਂਡ ਪੈਂਡੈਮਿਕ ਵੈਦਰ ਇਟ ਇਜ਼ ਨੈਚੁਰਲ ਔਰ ਇਟ ਇਜ਼ ਅ ਹਿਡਨ ਵੈਪਨ ਯੂਜ਼ਡ ਬਾਈ ਦ ਚਾਈਨੀਜ਼ to be covered under the act of God or act of nature. Agar unna ji tusi puri jehdi sequence hai gi onu rebuild karo from now and go backwards, that je unna ne India nu attack karna si sarhad de utte te South China Sea de utte attack karna si, utto pehlo pandemic je aunda te unna nu suit karda ya ke nahi karda, the point is suit karda hai. ਕਿਉਂਕਿ ਪੂਰੇ ਵਿਸ਼ਵ ਪੂਰਾ ਡਿਸਟਰਬ ਹੋ ਗਿਆ ਸੀ, ਇਕਨੋਮੀ ਪੂਰੀ ਕੋਲੈਪਸ ਹੋ ਰਹੀ ਸੀਗੀ, ਪੂਰੇ ਵਰਲਡ ਲੀਡਰਸ ਆਪਣੀ ਚਿੰਤਾ ਕਰਕੇ ਇਨਵਰਡ ਯੂ ਨੋ ਦੇ ਵਰ ਟ੍ਰਾਈਂਗ ਟੂ ਸੈਟ ਦੇਅਰ ਓਨ ਹਾਊਸ ਇਨ ਆਰਡਰ। ਐਜ਼ ਫਾਰ ਐਜ਼ ਚਾਈਨਾ ਇਜ਼ ਕਨਸਰਨਡ, ਉਹਨਾਂ ਦੀ ਲੈਬਸ ਡਿਵੈਲਪ ਹੋਈਆਂ, ਦੇ ਆਲਸੋ ਬਿਕੇਮ ਫਾਰਮੇਸੀ ਆਫ ਦ ਵਰਲਡ, ਦੇ ਆਲਸੋ ਬਿਕੇਮ ਦ ਮੈਨੂਫੈਕਚਰਿੰਗ ਹਬ ਆਫ ਦ ਵਰਲਡ ਐਂਡ ਦੇ ਨਿਊ ਜੇ ਉਹਨਾਂ ਨੇ ਟ੍ਰੇਡ ਤੇ ਟੈਰੀਟਰੀਜ਼ ਜਿੱਤਣੀਆਂ ਹੈ ਤੇ ਉਹਦੇ ਅੰਦਰ ਇੱਕ ਰਿਪਲ ਇਫੈਕਟ ਐਸਾ ਕ੍ਰੀਏਟ ਕਰ ਦਿਓ, ਕਿਓਸ ਕ੍ਰੀਏਟ ਕਰ ਦਿਓ, ਕਿਉਂਕਿ ਉਹਨਾਂ ਨੇ ਜੇ 2050 ਇਜ਼ ਆਈ ਥਿੰਕ ਟੂ ਲੇਟ, ਆਈ ਥਿੰਕ ਜਿਹੜੇ ਉਹਨਾਂ ਦੇ ਸਲਾਹਕਾਰ ਸੀਗੇ ਕਮਿਊਨਿਸਟ ਪਾਰਟੀ ਦੇ, ਉਹਨਾਂ ਨੇ ਆਪਣੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੂੰ ਦੱਸਿਆ ਕਿ ਆਹ ਸਾਰੀਆਂ ਜਿਹੜੀ ਅਸੀਂ ਅਮੈਰੀਕਾ ਨੂੰ ਕ੍ਰੋਸ ਕਰਨਾ ਅਸੀਂ ਉਹਨੂੰ ਸਪੀਡ ਅਪ ਕਰ ਸਕਦੇ ਹਾਂ ਬਾਏ ਕ੍ਰੀਏਟਿੰਗ ਅ ਰਿਪਲ ਇਫੈਕਟ ਆਫ ਦਿਸ ਪੈਂਡੈਮਿਕ। So I think when you talk about new technology, I think the pharmacy and also the creation of COVID in a lab is a theory which people sometimes say, yes, it is possible, sometimes they say it is not possible. But if you really reconstruct the events backwards, I would now go more towards the conspiracy, not being a conspiracy, but a reality. Now, the Quad meeting, when they started talking about that the new technology has revolutionized our daily lives, what does it mean? Ida matlab aa hega ki now please protect yourselves from any more artificial natural act which then you cannot attribute it to China, but China will take advantage of it as they have always taken advantage. To recognize this mistrust on China, ode utte tusi faith nahi kar sakde. They have reposed this trust on India, which can and has the potential to become the global pharmacy. And as a result, I think the Quad countries, which are the, to see, Ambassador Kapoor to suna ke sadi kshamta chara countries di pure world de andar, te je hor countries naal jod jaan gaya, te asi larger part of the world can start actually depending on the Indian pharmacy in a way to reduce dependency on China, because every time you buy anything from China, it will be a matter of suspicion that it will harm us, it will take away from us our natural way of living, and the dependency on China is nothing but, you know, threat to cut o koi dependency to see ki nahi kar sakte. So therefore there can be a future bio threat on India, and therefore how can you trust on Chinese antidotes? Antidote must come from somewhere else. So therefore, if India is going to produce the antidote to the Chinese bio injection of pandemic, then it is much natural that India, which has a capability that they have actually told India, ki tusi 1 billion doses produce karo by 2022. Even today, I'm told that approximately 50 to 60% vaccines are being supplied by India. And if that is how it is, then I think not only the Quad will collaborate and bring all the experts together to handle production of vaccines and also future antidotes, and also come together for other future technologies, so that we don't have to depend on the harmful technologies which will be brought in through China. And as a result, I think if Quad also becomes an economic powerhouse, I think that will be the final defense mechanism, that if we are economically powerful, if militarily we are, you know, in a way aligned, not in the alliance in the military fashion, but at least, you know, we can do joint operations if required. I think there is a larger understanding of medicines and a vaccine, which are extremely important to make sure that we do not get, you know, played on by the Chinese vaccine, which will manipulate the world further. So I think vaccine strategy is extremely, extremely important to defend the welfare of these countries.
I think you're right, General Pannu, when you say that India de vich bilkul capacity hai. I think the Serum Institute, jis level te India de vich oh is vele manufacturing kar rahe vaccines, the title, that pharmacy of the world, jo India nu ditta darja ditta ja rahe, it fits in line with the work that the Serum Institute is doing. But Ambassador Kapoor, I have to ask you, jithe pandemic de politics di gal aandi hai, ek passe is squad te India da role apa discuss kar rahe hain, unnu understand kar rahe hain, but dujje passe China piche nahi hai, right? Jithe developing ya underdeveloped jo duniya de poorer nations han, unna de vich vaccine nu kis tarah ek leverage de taur te istemal kita ja rahe hai. Tusi Brazil di gal kar rahe si. Brazil is a perfect example. Aaj hi main khabar padhi hai that Brazil de vich jithe Brazil te Bolsonaro, khas karke Trump de administration de under, Brazil te US di bahut niji relationship sigi. They partnered on a lot of stuff, and the United States ne kya Brazil knew that you know, stay away from China. Us relationship de bawajood aj jithe Brazil de vich COVID de cases kinni tezi nal increase ho rahe, Brazil ne China de Huawei company nu, jo technology company hai, green light ditti hai to enter their markets, because China Brazil nu vaccines provide karuga ek bahut vadde level te. Where does India and the Quad fit in? Ke is cheez nu kidda counteract kar sakde hai jithe China apni advancement duniya de vich kar rahe vaccines nu laake, Quad te khas karke India us cheez nu kis tarah counteract kar sakda hai? Ambassador Kapoor, ye jehdi cheez tusi dassi hai, this sort of game will continue now and become further accelerated, because the more you isolate China on the global stage, the more it will try to use these stratagems, particularly with countries which can have a global impact as a demonstration factor. So to that extent, for China, and if India says, for example, makes a statement in the world that China is not to be trusted for these reasons, if it makes a categorical statement. Now, COVID vaccine, and we have written a book recently, which is called Beyond COVID, Envisioning a Better World by Transforming the Future of Healthcare. So in that we have seen how the COVID, this pandemic, is in many ways as bad as a world war, if not worse. Even the World War II had not impacted so many countries and so many people globally. Whereas this COVID pandemic has not left a single country alone, and there are hardly any individuals in the world today who can claim immunity. The most powerful men in the world have fallen victim in the sense of getting infected by COVID, including the President of the United States of America, the Prime Minister of Canada, the Prime Minister of UK, and so many other leaders globally. So with all the best weapons and the best medicine and the best healthcare in the world, you have not been able to protect yourself. So to that extent, for the world, it is a lesson which the world has to learn from history, that how do you move ahead from here? And because of the following reason, that pandemics or natural disasters or bioweapon attacks, as General Pannu was referring to earlier, are not going to go away. It is not a question of if they will happen. It is a question of when the next one will happen now. Very true. So if you are not prepared for it, you are going to be in a lot of trouble. So countries like Brazil, for example, aligning with Huawei at this point of time, the Americans have to see how to counter that because of the following reasons. If I am a buyer of 5G technology, if I am offered a very reasonable price by country A, and the same technology or similar technology, which may be as good or not as good, is being offered to me at a much higher price, as an independent country, autonomous country, autonomous decision maker, I will naturally try to go towards that country which is offering me the same technology or slightly better or not as good, but for a much lower price. So that sort of news we will continue to hear from a lot of other countries. But once the powers of the world
which are the current powers, the future powers, and the earlier powers, decide to sit together and find solutions. Mm-hmm. And if each of them starts making categorical statements, mm-hmm. like India is a country where, as a diplomat I've seen in the last so many decades, we are not at all very forthcoming about our positions. We do not state them openly. We do not state them categorically. We do state them in bilateral fora in a very firm manner, but not in multilateral or regional fora. So India, once it makes a statement, like if it makes a statement against the BRI, what was also called earlier as the One Road, One Bridge, One Road, which is now called the Belt and Road Initiative, then a large, already it has happened, India made a statement saying that it is not going to join the BRI and that it is, the loan system is predatory, etc. So what happens thereafter, a large number of countries in Africa and even in Asia, they say, we are going to review the projects which we were planning to go ahead with China. We are not going to go ahead with those projects, even in countries like Myanmar and Pakistan, this has happened, and even in countries in Africa. So India's voice carries very, very far in the world, because for the last 2,000-3,000 years, India has acted on the world stage in a very bona fide manner. Sade vich koi mal nahi hunda jadon assi kise desh nal interact karde hain. Sade vich koi eh thought nahi hunda ki sada eh vich jehda interest hai oh satisfy hoye. Assi jehdi gal baat karde hain with leaders of the other countries, we first ask them that what are your pain points, what are your pressure points, what are your challenges, and how can we help? We do not go and say we want this raw material resource from your country, we want to grab this, or we want to grab that, or we want to dictate to you that please do this on this issue in this way. Our approach is very soft. So we have been known as the biggest country in the world for soft power diplomacy for the last 3,000-4,000 or 5,000 years. And that reputation continues in the world stage. Ambassador, so it carries very far, but once we mention what we have, you know, what is our narrative, once that is clear to the world, it is easier for the world to accept and support it very, very strongly. Absolutely. Ambassador, you see perfectly transition kiti hai jo mera next point hon ja raha hai. India the identity, right? Khas karke ek democracy hon de nate India the identity. Te main ode bare kuch gal karna chahndi hai tode dona de naal. Ithe ek chote ji break le rukde hain. Viewers, tusi bhi is tarah jude raho. Kis tarah India the democratic identity aj di date de vich question ho rahi hai. Odi gal karange break to us baad. ਇੱਕ ਤੋਂ ਬਾਅਦ ਮੁੜ ਹਾਜ਼ਰ ਹੋਇਆ ਅੱਜ ਦੀ ਡੇਟ ਦੇ ਵਿੱਚ ਇੰਡੀਆ ਦੀ ਡੈਮੋਕਰੈਟਿਕ ਆਈਡੈਂਟੀ ਜਿੱਥੇ ਇੰਡੀਆ ਨੂੰ ਦੁਨੀਆ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਮੰਨਿਆ ਜਾਂਦਾ ਹੈ ਉਸ ਚੀਜ਼ ਨੂੰ ਕੀ ਸਭ ਤੋਂ ਜ਼ਿਆਦਾ ਖਤਰਾ ਪੇਸ਼ ਕਰ ਰਹੀ ਹੈ ਅਫਕੋਰਸ ਗੱਲ ਹੋ ਰਹੀ ਹੈ ਕਿਸਾਨ ਮੋਰਚੇ ਨੂੰ ਲੈ ਕੇ ਸਾਡੇ ਨਾਲ ਜੁੜੇ ਹਨ ਸਾਡੇ ਇਸਟੀਮਡ ਗੈਸਟ ਲੈਫਟੀਨੈਂਟ ਜਨਰਲ ਪੀ ਜੇ ਐਸ ਪੰਨੂ ਅਤੇ ਅੰਬੈਸਡਰ ਪ੍ਰਦੀਪ ਕਪੂਰ ਜੈਨੋਮੈਨ ਸਮਾਂ ਸਾਨੂੰ ਇਜਾਜ਼ਤ ਜ਼ਿਆਦਾ ਨਹੀਂ ਦਿੰਦਾ ਇੱਥੇ ਬਟ ਇਹ ਜੋ ਕੁਐਸਚਨ ਮੈਂ ਤੁਹਾਡੇ ਅੱਗੇ ਰੱਖਣ ਜਾ ਰਹੀ ਹਾਂ ਮੈਂ ਕਹਾਂਗੀ ਖਾਸ ਕਰਕੇ ਜੋ ਡਾਇਸਪੋਰਾ ਹੈਗਾ ਇੰਡੀਆ ਤੋਂ ਬਾਹਰ ਬੈਠਿਆ ਹੋਇਆ ਪੰਜਾਬੀਆਂ ਦਾ ਸਿੱਖਾਂ ਦਾ ਉਹਨਾਂ ਲਈ ਇਹ ਮੁੱਦਾ ਸਭ ਤੋਂ ਵੱਡਾ ਮੁੱਦਾ ਅੱਜ ਦੀ ਡੇਟ ਵਿੱਚ ਬਣ ਚੁੱਕਿਆ ਹੈ ਰੀਸੈਂਟਲੀ ਦੋ ਸਟੱਡੀਜ਼ ਆਈਆਂ ਇੱਕ ਸਵੀਡਿਸ਼ ਇੰਸਟੀਟਿਊਟ ਤੋਂ ਅਤੇ ਇੱਕ ਫਰੀਡਮ ਹਾਊਸ ਤੋਂ ਜੋ ਕਿ ਅਮੈਰੀਕਨ ਇੱਕ ਐਂਟੀਟੀ ਹੈਗੀ ਜਿਨ੍ਹਾਂ ਨੇ ਇੰਡੀਆ ਦੀ ਡੈਮੋਕਰੈਟਿਕ ਆਈਡੈਂਟੀ ਨੂੰ ਡਿਗਰੇਡ ਕੀਤਾ ਉਹਨੂੰ ਚੈਲੰਜ ਕੀਤਾ ਸਵੀਡਿਸ਼ ਇੰਸਟੀਟਿਊਟ ਨੇ ਕਿਹਾ ਕਿ ਇੰਡੀਆ ਅੱਜ ਦੀ ਡੇਟ ਵਿੱਚ ਇੱਕ ਇਲੈਕਟੋਰਲ ਆਟੋਕ੍ਰੇਸੀ ਬਣ ਚੁੱਕੀ ਹੈ ਅਤੇ ਫਰੀਡਮ ਹਾਊਸ ਨੇ ਕਿਹਾ ਕਿ ਇੰਡੀਆ ਅੱਜ ਪਾਰਟਲੀ ਫਰੀ ਹੈ ਖਾਸ ਕਰਕੇ ਜਿੱਥੇ ਇਸ ਕਿਸਾਨ ਮੋਰਚੇ ਨੂੰ ਲੈ ਕੇ ਜੋ ਡਿਵੈਲਪਮੈਂਟਸ ਹੋ ਰਹੀਆਂ ਉਹਨਾਂ 'ਤੇ ਕਮੈਂਟ ਦਿੱਤਾ ਹੁਣ ਮੈਂ ਗੱਲ ਕਰਨਾ ਚਾਹੁੰਦੀ ਹਾਂ ਇਸ ਕੁਆਡ ਮੀਟਿੰਗ ਦੀ ਬਿਕੋਜ਼ ਜੋ ਇਹ ਕੁਆਡ ਮੀਟਿੰਗ ਰਹੀ ਹੈ ਖਾਸ ਕਰਕੇ ਫਰਾਈਡੇ ਦਾ ਵਰਚੁਅਲ ਸਮਿਟ ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਪ੍ਰਾਈਮ ਮਿਨਿਸਟਰ ਮੋਦੀ ਅਤੇ ਜਪਾਨ ਅਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰਸ ਨੇ ਵਰਚੁਅਲੀ ਇੱਕ ਦੂਜੇ ਨੂੰ ਮਿਲ ਕੇ ਇਸ ਕੁਆਡ ਨੂੰ ਅਫੀਸ਼ਲੀ ਕਿੱਕ ਆਫ ਕੀਤਾ ਉੱਥੇ ਇੱਕ ਬੜੀ ਇੰਟਰਸਟਿੰਗ ਚੀਜ਼ ਅੱਗੇ ਨਿਕਲੀ ਉਹਨਾਂ ਨੇ ਕਿਹਾ ਕਿ ਸਾਡੀ ਚਾਹਨਾ ਦੀ ਡੈਮੋਕਰੇਸੀਜ਼ ਚਾਈਨਾ ਦੀ ਆਟੋਕ੍ਰੇਸੀ ਨੂੰ ਕਾਉਂਟਰੈਕਟ ਕਰਨ ਲਈ ਅੱਜ ਇਕੱਠੀ ਹੋਈ ਹੈ ਅਤੇ ਜਿੱਥੇ ਡੈਮੋਕ੍ਰੇਸੀ ਦੀ ਗੱਲ ਆਉਂਦੀ ਹੈ ਇੰਡੀਆ ਦੀ ਜੋ ਡੈਮੋਕ੍ਰੈਟਿਕ ਆਈਡੈਂਟੀ ਹੈ ਉਸ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲੇ ਯੂ ਨੋ ਅੰਬੈਸਡਰ ਕਪੂਰ ਆਈ ਵਾਂਟ ਟੂ ਸਟਾਰਟ ਵਿਦ ਯੂ ਕਿ
ਯੂ نو ਜਿੱਥੇ ਡਿਪਲੋਮੇਸੀ ਤੇ ਡਿਪਲੋਮੈਟਿਕ ਕਮੈਂਟਸ ਦੀ ਗੱਲ ਆਉਂਦੀ ਹੈ ਤੁਹਾਡੇ ਖਿਆਲ 'ਚ ਯੂਨਾਈਟਿਡ ਸਟੇਟਸ ਨੂੰ ਕਮੈਂਟ ਕਰਨਾ ਚਾਹੀਦਾ ਹੈ ਇਸ ਕਿਸਾਨ ਮੋਰਚੇ ਤੇ ਯੂ نو ਯੂਨਾਈਟਿਡ ਸਟੇਟਸ ਓਲਡੈਸਟ ਡੈਮੋਕ੍ਰੇਸੀ ਇੰਡੀਆ ਲਾਰਜੈਸਟ ਡੈਮੋਕ੍ਰੇਸੀ ਦੁਨੀਆ ਭਰ ਇਹ ਕਿਹਾ ਜਾ ਰਿਹਾ ਕਿ ਇੰਡੀਆ ਦੀ ਡੈਮੋਕ੍ਰੇਸੀ ਡਿਗ੍ਰੇਡ ਹੋ ਰਹੀ ਹੈ ਯੂ ਐਸ ਦਾ ਕੀ ਰੋਲ ਜਾਂ ਕੀ ਕਮੈਂਟਸ ਇੱਕ ਡਿਪਲੋਮੈਟਿਕ ਤੌਰ 'ਤੇ ਇਸ ਚੀਜ਼ ਨੂੰ ਲੈ ਕੇ ਆਉਣੇ ਚਾਹੀਦੇ ਹੈ ਤੁਹਾਡੇ ਕੀ ਖਿਆਲ ਹਨ ਸਰ अच्छा मैं मीन्स इस मुद्दे के ऊपर थोड़ा फंडामेंटल गल भी करना चाहता है। पहली गल तो यह है कि उन्होंने कोई कमेंट नहीं करने चाहिए ऑन एन इंटरनल मैटर ऑफ इंडिया, बट अजकल जो दुनिया का माहौल है वो चाहता है कि विद द सोशल मीडिया विद द इंटरनेट विद द प्रोग्रेस इन टेक्नोलॉजी विद द एडवांसेस इन टेक्नोलॉजी any country is able to make statements about any other country and also interfere in a very significant fashion through cyber attacks, through technology, through various other means. Even General has alluded to that earlier. So no country can function autonomously like an island in the world today in any shape or form whatsoever. Just like no individual in the world can function as an isolated individual. Every individual is a global actor. Ji. So this applies in an even bigger way for countries. Now, looking at the Kisan Morcha and the Farm Kisan Andolan, my comments are the following. Un a theek hai, bahut important mudda hai. Ek passe sarkar adi hui hai apne position te. दूजे पासे किसान अड़े हुए हैं अपने पोजीशन पे। नुकसान किदा हो रहा है इंडिया का। उन दोनों पासियां नूं ये देखना है कि इज इट अ मैटर ऑफ लाइफ एंड डेथ फॉर बोथ द साइड्स दैट दे आर सो स्टबर्न एंड सो इनट्रांसिजेंट ऑन दिस इशू। पहली गल ये है इफ स्पीकिंग ऑन द एस्पेक्ट्स ऑफ द पोजीशन ऑफ द गवर्नमेंट जे सरकार सोच रही है कि इट इज डूइंग समथिंग विच इज इन द बेनिफिट ऑफ द फार्मर्स, बट जिथे थोड़ा पात्र ही तैयार नहीं है वो दान नू रिसीव करन ले या वो देन नू रिसीव करन ले जो तुसी देना चाहते हो वो अगर एक्सेप्ट ही नहीं कर रहा तो तुसी किदा किसी नू कुछ दे सकते हो। तुसी कह रहे हो तुसी ये बेनिफिट करो ये लॉज नाल ये बेनिफिट होएगा फार्मर्स का ये फायदा होएगा फार्मर्स का, but the farmers or some percentage of the farmers, even if it's a minority, very small minority in the country's context where you have millions of farmers and so many states the farmers have not even joined or supported this agitation, but it can only spread further if it is not coming under control. To see kyun apne mudde te atke hue ho sarkar as prime minister modi ki main zabardasti karunga as a case in point. मेरा जरा एक एग्जाम्पल है कि जो असी इंडियन टेलीविजन नैशनल लेवल से शुरू किया इन द 80s अर्ली 80s दूरदर्शन ने अनाउंस किया कि देर विल बी नैशनल न्यूज अक्रॉस इंडिया फॉर द फर्स्ट टाइम इन वेरियस न्यूज चैनल्स विल गिव न्यूज फ्रॉम द सेंटर 8 PM इन हिंदी 9 PM इन इंग्लिश। हूँ 8 PM इन हिंदी जो कहता तो चेन्नई में रायट्स हो गए प्रोटेस्ट हो गए उन्होंने दुकाना जला दतिया जड़िया जिन्हों के उपर हिंदी या होर लैंगुएजिज साइंस से साइनेजिज उन्होंने ट्रेन जलातिया जी नॉर्थ तो आ रही सी। सरकार ने की किया सरकार ने कहा ठीक है तमिलनाडु में यह नहीं चाहिए नैशनल न्यूज़ एट 8 PM इन हिंदी। उन्होंने कहा ओके क्रिएट योर ओन कंटेंट वी विल नॉट गिव यू दिस 8 PM national news in Hindi. What happened thereafter? Ji. There was total peace immediately. Ji. And a time came when the propagation of Hindi and Sanskrit in Chennai is amongst far better than most other states. I have Chennai colleagues in the diplomacy, in the bureaucracy, Ji. Who speak far better Hindi than me. Ji. Okay, so they have shifted, they have moved from a point where they had total mental and psychological opposition. Ji. To Hindi, to a point where they are experts in Sanskrit and Hindi. Ji. So similarly on this farmers agitation, if the government has to say ki bhai assi withdraw karne hain tin laws, tusi un
जो करना करो, जहां सरकार कहती है कि हर स्टेट के ऊपर निर्धारित है कि भाई तुसी इदा करना करो जी। अस प्रपोज करते हैं द नेशनल लेवल, बट सिंस एग्रीकल्चर इज अ स्टेट सब्जेक्ट, each state is left free to decide for itself whether it wants to implement or not. Ji. Center has got no role to play further. Ji. So now, why is it very important? For one reason which you have mentioned, ki global attention unnecessarily, negatively. India de upar pehre where Freedom House or other organizations which have no relevance for India are making statements which we do not accept as a very democratic, sovereign, strong, independent country, where the faults which are alluded to India are a minuscule of those alluded to China or most other countries which are autocracies in the world or dictatorships or democracies. So what you can point fingers to India is very, very small, minuscule or irrelevant or insignificant. Mm-hmm. On this one issue, you are giving an opportunity to point fingers at you. Mm-hmm. Do you need to? No, you don't need to. So what, and further going beyond this aspect also, if I am from Punjab, if the Indian Army, Navy, Air Force, the basic core of it is Punjab, there is a lot of Marathas, Nepalese, Dogras, etc., etc., definitely. But one of my most important constituents is people like General Pannu. Ji. My father, from an army background, he went into farming. Ji. Now, if there are so many in the farming in Punjab, and Punjab is one of the most agitated states for this farmers' agitation, their farmers' families, if I'm a farmer in Punjab today, my son is in the army, my grandson is in the army, or I have been in the army. Ji. Now, there is some sort of collateral damage which is being done. And if I'm China, I will fuel that fire, Ambassador, for the farmers' agitation, Ambassador, to make it worse, because I know it is damaging weak point. India's international standing, India's strength. You took so the why words. Do I need to Ambassador, continue? Is what I'm not able to understand. You see, bilkul mera next sawal te meri jo next statement hon ja rahi si, to see bilkul us passe lage conversation. No, thank you so much for your comments on this. General Pannu, main tode to ehi puchna chahndi si, you know, coming from a defense perspective, eh jo kisan morcha hai, khas karke jithe China da role, jis tarah Ambassador Pannu Kapoor hune keh rahe si sanu, China is cheese ਨੂੰ ਕਿਸ ਤਰ੍ਹਾਂ ਇਹਦਾ ਫਾਇਦਾ ਉਠਾ ਸਕਦਾ ਹੈ, ਜਾਂ ਅਗਰ ਆਪਾਂ ਦੂਜੇ ਪਾਸੇ ਇਸ ਕਨਵਰਸੇਸ਼ਨ ਨੂੰ ਵੇਖੀਏ, ਜੋ ਇੱਕ ਕਿਸਾਨ ਮੋਰਚਾ ਹੈ ਅੱਜ ਦੀ ਡੇਟ ਦੇ ਵਿੱਚ, ਇੰਡੀਆ ਨੂੰ ਸਿਕਿਉਰਿਟੀ ਇੰਪਲੀਕੇਸ਼ਨਸ ਕੀ ਪੋਜ਼ ਕਰ ਸਕਦਾ ਹੈ, ਖਾਸ ਕਰਕੇ ਨੈਗੇਟਿਵ ਸਿਕਿਉਰਿਟੀ ਇੰਪਲੀਕੇਸ਼ਨਸ? ਜਨਰਲ ਪੰਨੂ, ਥੈਂਕ ਯੂ ਅਸ਼ਮਿਤਾ, ਮੈਂ ਨਾ ਥੋੜ੍ਹੀ ਪੋਜ਼ਿਟਿਵ ਗੱਲ ਕਰਨੀ ਚਾਹੂੰਗਾ, ਕਿਉਂਕਿ ਨੈਗੇਟਿਵਿਟੀ ਦੇ ਮੇਰਾ ਖਿਆਲ ਕੋਈ ਕਮੀ ਰਹਿ ਨਹੀਂ ਗਈ ਹੈ, ਬਹੁਤ ਨੈਗੇਟਿਵ ਗੱਲਾਂ ਹੋ ਰਹੀਆਂ ਹੈ। ਨੈਗੇਟਿਵਿਟੀ ਓਵਰ ਨੈਗੇਟਿਵਿਟੀ ਰੀਅਲੀ, ਯੂ ਨੋ, ਐਜ਼ ਆ ਸੇ, ਤਾਲੀ ਦੋ ਹੱਥ ਨਾਲ ਵੱਜਦੀ ਹੈ, ਇੱਕ ਹੱਥ ਨਾਲ ਤਾਂ ਚਪੇੜ ਹੀ ਵੱਜਦੀ ਹੈ, ਤੇ ਜੇ ਚਪੇੜਾਂ ਮਾਰੀ ਜਾਵਾਂਗੇ ਤਾਂ ਹੱਥ ਤਾਂ ਉਹੀ ਯੂਜ਼ ਹੁੰਦੇ ਨੇ, ਸੱਟਾਂ ਵੀ ਉਹੋ ਜਿਹੀਆਂ ਲੱਗਦੀਆਂ, ਦੋ ਹੱਥਾਂ ਨੂੰ ਵੀ ਸੱਟਾਂ ਲੱਗਦੀਆਂ ਜੇ ਤਾਲੀ ਵੱਜਦੀ ਹੈ, ਬਟ ਯੂ ਨੋ ਦੈਟ ਇਜ਼ ਆਊਟ ਆਫ ਹੈਪੀਨੈਸ ਯੂ ਕਲੈਪਿੰਗ, ਬਟ ਐਕਚੁਲੀ ਰੀਅਲੀ ਇੰਪੈਕਟ ਹੁੰਦਾ ਹੈ that there is a pain in clapping as well, but that pain of clapping brings overall happiness and there is a larger harmony in the system. But jaise taali nahi marange to chpeda usi hath nu use karange, satta bhi lag gaya te gal bhi koi nahi banugi. The point is that agar sade democracy nu dekha jave ya kisi bhi democracy nu dekha jave, but sade democracy the word likhe ne for the people and by the people. So therefore, the democracy, the leadership works for the people. It means one side is government, on the other side is people, and then they must bring in a harmony and synchronize for a overall well-being of the society and happiness of the society. In fact, many countries which Ambassador Kapoor would agree with me are actually delving a lot on happiness index. ਉਹਨਾਂ ਨੂੰ economic growth ਦਾ ਇੱਕ ਮਤਲਬ ਜ਼ਰੂਰ ਹੈਗਾ, but ਉਹਨਾਂ ਨੂੰ ਦੇ ਮੈਜਰ ਹੈਪੀਨੈਸ ਐਸ ਪਾਰਟ ਆਫ ਦੀ ਡੈਮੋਕਰੈਟਿਕ ਸਕਸੈਸ ਔਰ ਦੀ ਸਕਸੈਸ ਆਫ ਗਵਰਨੈਂਸ, ਬਟ ਦੀ ਪੋਜ਼ਿਟਿਵਿਟੀ ਇਜ਼ ਸਮਵੇਅਰ ਆਈ ਫੀਲ ਦੈਟ ਲਾਰਜਲੀ ਟੂਡੇ ਦੀ ਲੀਡਰਸ਼ਿਪਸ ਇਨ ਮੈਨੀ ਕੰਟਰੀਜ਼ ਆਰ ਵੈਰੀ ਸਟਰੋਂਗ, ਐਂਡ ਇਫ ਦੀ ਲੀਡਰਸ਼ਿਪਸ ਆਰ ਵੈਰੀ ਸਟਰੋਂਗ
they mistake strong leadership as lack of democracy. That is one part of the story, in which even in America, I think some strong leadership role was seen in Trump, but also it also meant that he is not very democratic in nature. But also I'm very hopeful that because of the maturity of this leadership, they will work for the people ultimately, because jada syana banda hai ohi oda hal kad sakda hai. And I'm very sure maturity of the government and maturity of the leadership would find something which will be brilliant, which will satisfy everybody. And I think larger happiness will prevail. And I'm very confident that mature government, mature leadership, mature advisors will come together. Gee. And I think the whole country is waiting for maturity Absolutely. To be shown by everybody, put together, that you clap the way, Ambassador Kapoor is just demonstrating, General, we are waiting for that moment, absolutely. Like I said, Jita Karda hai ki tuhade donna de naal is conversation te in topics te sari discussion chaldi rahe, but sama sanu ithe ਇਜਾਜ਼ਤ ਨਹੀਂ ਦਿੰਦਾ. ਵਾਂਸ ਅਗੇਨ ਦ ਹਾਰਡੀਐਸਟ ਥੈਂਕਸ ਲੈਫਟੈਨੈਂਟ ਜਨਰਲ ਪੀਜੇਐਸ ਪੰਨੂ, ਅੰਬੈਸਡਰ ਪ੍ਰਦੀਪ ਕਪੂਰ, ਤੁਸੀਂ ਦੋਨੋਂ ਸਾਡੇ ਨਾਲ ਟਾਈਮ ਕੱਢ ਕੇ ਅੱਜ ਜੁੜੇ ਇੰਨੇ ਇੰਪੋਰਟੈਂਟ ਵਿਸ਼ੇ ਦੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ. ਵੀ ਅਪਰੀਸ਼ੀਏਟ ਯੂਰ ਟਾਈਮ ਜਨਰਲ ਪੰਨੂ ਸਰ, ਹੈਵ ਅ ਗੁੱਡ ਰੈਸਟ ਆਫ ਯੂਰ ਈਵਨਿੰਗ. ਅੰਬੈਸਡਰ ਕਪੂਰ, ਹੈਵ ਅ ਗੁੱਡ ਰੈਸਟ ਆਫ ਯੂਰ ਡੇ. ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨਾਂ ਨੂੰ. ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ. ਅਤੇ ਮੈਂ ਵਿਊਅਰਸ ਨੂੰ ਇਹੀ ਜਾਣਦੇ ਹੁੰਦੇ ਕਹਿਣਾ ਚਾਹੁੰਦੀ ਹਾਂ, ਇਸ ਮੁੱਦੇ ਨੂੰ ਲੈ ਕੇ ਆਪਾਂ ਬਹੁਤ ਜ਼ਿਆਦਾ ਡਿਫਰੈਂਟ ਟੋਪਿਕਸ ਨੂੰ ਡਿਸਕਸ ਕੀਤਾ. ਤੁਸੀਂ ਮੇਰੇ ਲਈ ਜਾਂ ਸਾਡੇ ਸਟੀਮਡ ਗੈਸਟ ਲਈ ਕੋਈ ਹੋਰ ਸਵਾਲ, ਕੁਐਸਚਨਸ, ਕਮੈਂਟਸ ਰੱਖਣਾ ਚਾਹੁੰਦੇ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ. info@justbroadcasting.com, ashmita@justbroadcasting.com. ਇਸ ਮੁੱਦੇ 'ਤੇ ਜੋ ਸਾਡੀ ਇਸ ਕਮਿਊਨਿਟੀ ਨੂੰ ਸਭ ਤੋਂ ਅਹਿਮ ਮੁੱਦਾ ਅੱਜ ਦੀ ਡੇਟ ਵਿੱਚ ਕਿਸਾਨ ਮੋਰਚੇ ਨੂੰ ਲੈ ਕੇ ਵੱਖ ਵੱਖ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ. ਬਟ ਹੁਣ ਮੈਨੂੰ ਦਿਓ ਇਜਾਜ਼ਤ. ਸਤਿ ਸ਼੍ਰੀ ਅਕਾਲ.